ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਬਾਈ ਜੀ ਪਹੁੰਚ ਚੁੱਕੇ ਹਾਂ ਅੱਜ ਹਸਨਪੁਰਾ ਪਿੰਡ ਲੁਧਿਆਣੇ ਦੇ ਬਿਲਕੁਲ ਨੇੜੇ। ਲੁਧਿਆਣੇ ਤੋਂ ਫਿਰੋਜ਼ਪੁਰ ਰੋਡ 'ਤੇ ਸਥਿਤ ਹੈ ਪਿੰਡ ਅਤੇ ਆਪਣੇ ਲਾਲ ਟੀ ਸ਼ਰਟ ਵਿੱਚ ਗੱਗੂ ਵੀਰਾ ਅਤੇ ਨਾਲ ਆਪਣੇ ਉਹਨਾਂ ਦਾ ਭਤੀਜਾ ਛੋਟਾ ਖੜਾ ਹੈ ਜੀ। ਨਾਲ ਬਾਈ ਬਲੈਕ ਟੀ ਸ਼ਰਟ ਦੇ ਵਿੱਚ ਜਿਹੜਾ ਜੱਗੂ ਵੀਰ ਖੜਾ ਅਤੇ ਨੀਲੀ ਟੀ ਸ਼ਰਟ ਵਾਲਾ ਆਪਣਾ ਲਾਲੀ ਵੀਰਾ ਅਤੇ ਉਰੇ ਸ਼ੌਂਕ ਕੀਤਾ ਹੋਇਆ ਕਬੂਤਰਾਂ ਦਾ ਅਤੇ ਆਪਾਂ ਉਰੇ ਲਗਾਇਆ ਹੂਟਰ ਸਿਸਟਮ। ਬਾਈ ਹੁਣੀ ਵਧੀਆ ਆਵਾਜ਼ੀਆਂ ਜਿੱਤਿਆ ਪਿੰਡੋਂ ਇੱਕ ਦੋ ਬੰਦਿਆਂ ਦੇ ਦੱਸ ਰਹੇ ਨੇ ਕਿ ਕੱਢ ਕੇ ਲੈ ਗਏ, ਕੱਢ ਕੇ ਲੈ ਗਏ ਬਾਈ ਇੱਥੋਂ, ਕੱਢ ਕੇ ਲੈ ਗਏ ਅਤੇ ਖਤਰਾ ਜਿਹੜਾ ਜ਼ਿਆਦਾ ਸੀ। ਆਪਾਂ ਸਾਰੀਆਂ ਜਾਲੀਆਂ ਕਵਰ ਕਰ ਦਿੱਤੀਆਂ ਜਿੰਨੇ ਦਰਵਾਜ਼ੇ ਸੀ ਜੀ, ਲਗਭਗ ਚੋਰੀ ਨਾ ਹੋ ਸਕੇ ਕਿਉਂਕਿ ਚੰਗੇ ਕਬੂਤਰ ਬਣਾਉਣੇ ਕਈ ਸਾਲ ਲੱਗ ਜਾਂਦੇ ਆ ਅਤੇ ਚੋਰ ਜਿਹੜੇ ਹੈਗੇ ਬਾਈ ਮਿੰਟਾਂ ਦੇ ਵਿੱਚ ਕੱਢ ਕੇ ਲੈ ਜਾਂਦੇ ਆ। ਅਤੇ ਗੱਲ ਕਰਦੇ ਆਪਾਂ ਗੱਗੂ ਵੀਰ ਨਾਲ, ਬਾਈ ਜੀ ਇਹ ਸ਼ੌਂਕ ਜਿਹੜਾ ਆਪਣਾ ਕਿੰਨਾ ਕੁ ਪੁਰਾਣਾ ਹੋ ਗਿਆ ਜੀ? ਠੀਕ ਆ ਠੀਕ ਆ। ਅਤੇ ਆਪਣਾ ਉਸਤਾਦ ਕੌਣ ਹੈ ਜੀ? ਆਪਣਾ ਜੀ ਉਸਤਾਦ ਜੀਤਾ ਚੰਨਣ, ਜੀਤਾ ਚੰਨਣ ਵਾਲਾ ਆਪਣਾ ਉਸਤਾਦ। ਹਾਂਜੀ। ਅਤੇ ਬਾਹਰ ਬੈਠੇ ਨੇ ਬਾਈ ਹੁਣੀ, ਕੀ ਨਾਮ ਆ ਉਹਨਾਂ ਦਾ ਦੱਸਿਆ ਤੁਸੀਂ? ਭਰਾ ਜੀ ਆਪਣਾ ਮੇਰਾ ਗੱਗੀ ਆ ਇੱਕ ਅਤੇ ਇੱਕ ਜੀਤਾ। ਜੀਤਾ ਆ, ਉਹ ਇਟਲੀ ਦੇ ਵਿੱਚ ਆ। ਇਟਲੀ ਵਿੱਚ ਨੇ? ਹਾਂਜੀ। ਅਤੇ ਇਹ ਸ਼ੌਂਕ ਪਹਿਲਾਂ ਉਹਨਾਂ ਦਾ ਹੀ ਕੀਤਾ ਹੋਇਆ ਸੀ? ਹਾਂਜੀ ਉਹਨਾਂ ਦੇ ਜੋੜ ਵਾਲੇ ਦੀ। ਠੀਕ ਆ ਠੀਕ ਆ। ਅਤੇ ਇਸ ਸਾਲ ਆਪਾਂ ਕਿੰਨੀਆਂ ਕੁ ਬਾਜ਼ੀਆਂ ਛੱਡੀਆਂ ਨੇ? ਇਸ ਸਾਲ ਪਰ ਆਪਾਂ ਬੰਦੇ ਮਾੜੇ ਮਤਲਬ ਬੱਚੇ ਕਢਾਏ ਨਹੀਂ ਸੀਗੇ। ਹਾਂਜੀ। ਤੇ ਤਿੰਨ ਛੱਡੀਆਂ ਇੱਕ ਜਿੱਤ ਗਏ ਸੀਗੇ। ਤਿੰਨ ਛੱਡੀਆਂ ਇੱਕ ਜਿੱਤ ਗਏ ਸੀ, ਦੋ ਹਰ ਗਏ ਸੀਗੇ। ਦੋ ਹਰ ਗਏ ਸੀਗੇ ਜੀ। ਹਾਂਜੀ। ਅਤੇ ਬਾਕੀ ਜਿਹੜੇ ਕਬੂਤਰ ਜਿਹੜੇ ਹੈਗੇ ਆ, ਕਿਹੜੇ ਕਬੂਤਰ ਆ ਆਪਣੇ ਕੋਲ ਜਿਹੜੇ ਨਸਲਾਂ ਨੇ? ਪੁਰਾਣੀਆਂ ਨੇ ਹੈ ਬਾਈ ਹੁਣਾਂ ਦੀਆਂ ਬਣਾਈਆਂ ਹੋਈਆਂ। ਚਲੋ ਆਪਾਂ ਸ਼ੌਂਕ ਕਰਾਉਂਦੇ ਹਾਂ ਬਾਈ ਹੁਣਾਂ ਦੇ, ਤੁਹਾਨੂੰ ਕਬੂਤਰਾਂ ਦਾ ਹੂਟਰ ਸਿਸਟਮ ਲਗਾ ਦਿੱਤਾ ਜੀ, ਚੋਰੀ ਤੋਂ ਜਿਹੜਾ ਹੈਗਾ ਬਚਾਅ ਕਰ ਦਿੱਤਾ, ਸੇਫ ਪੂਰਾ। ਅਤੇ ਵੱਡੇ ਵੱਡੇ ਕਮਰੇ ਨੇ ਬਾਈ ਹੁਣਾਂ ਨੇ ਕਬੂਤਰਾਂ ਨੂੰ ਲਗਾ ਦਿੱਤੇ ਨੇ, ਇਹਦੇ ਵਿੱਚ ਜਿੰਨੇ ਵੀ ਨੇ ਨਰ ਛੱਡੇ ਹੋਏ ਨੇ ਬਾਈ ਹੁਣਾਂ ਨੇ ਜੀ। ਤੁਹਾਨੂੰ ਇਹਨਾਂ ਕਬੂਤਰਾਂ ਦਾ ਸ਼ੌਂਕ ਕਰਾ ਦਈਏ ਅਤੇ ਸ਼ੌਂਕ ਕਿੱਦਾਂ ਦਾ ਲੱਗਦਾ ਇਹ ਜ਼ਰੂਰ ਦੱਸਣਾ ਜੀ। ਜਿੱਥੇ ਵੀ ਜਾਈਦਾ ਲਗਭਗ ਜਿਹੜਾ ਹੈਗਾ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਆਪਾਂ ਸ਼ੌਂਕ ਕਰਾਉਂਦੇ ਰਹਿੰਦੇ ਹਾਂ ਜੀ। ਅਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ, ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਜੀ। ਇਹ ਹੈ ਆਪਣਾ ਗੱਗੀ ਵੀਰ ਜਿਹੜੇ ਬਾਹਰ ਬੈਠੇ ਨੇ ਅਤੇ ਜੀਤਾ ਵੀਰ, ਜੀਤੀ ਵੀਰ ਉਹਨਾਂ ਦੇ ਕਬੂਤਰ ਨੇ ਜੀ। ਨਸਲਾਂ ਬਹੁਤ ਬਹੁਤ ਵਧੀਆ, ਉਸਤਾਦ ਜੀਤਾ ਚੰਨਣ ਵਾਲੇ ਕੁਝ ਕਬੂਤਰ ਵੀ ਹੈਗੇ ਨੇ ਵਿੱਚ। ਇਹ ਦੇਖੋ ਜੀ ਇੱਕ ਖੱਟੀਆਂ ਦਾ ਬੜਾ ਚੰਗਾ ਸੁਨੱਖਾ ਕਬੂਤਰ ਆ, ਇੱਕ ਇੱਕ ਪਰਿੰਦਾ ਜਿਹੜਾ ਹੈਗਾ ਆ ਦੇਖਣ ਵਾਲਾ ਜੀ। ਦੇਖੋ ਇੱਕਦਮ ਸਾਫ਼ ਸੁਥਰੇ ਪਏ ਨੇ, ਇਹ ਇੱਕ ਅੱਖ ਕਾਲੀ ਆ ਅਤੇ ਇੱਕ ਅੱਖ ਇਹਦੀ ਚਿੱਟੀ ਆ ਜੀ। ਇਹ ਦੇਖੋ ਚਿੱਟੀ ਅੱਖ ਵੀ ਚਿੱਟੀ ਦੁੱਧ ਆ, ਚੰਗੀ ਵਧੀਆ ਨਸਲ ਦਾ ਕਬੂਤਰ ਆ ਬਾਈ। ਇਹ ਘਰ ਦੇ ਕਬੂਤਰ ਆ ਖੱਟੀ ਕਾਲੀ ਚਿੱਟੀ ਵਾਲਾ? ਪੁਰਾਣੇ ਕਬੂਤਰਾਂ ਚੋਂ ਆ। ਇਹਨਾਂ ਦੇ ਛੱਡੇ ਬੱਚੇ ਇਹਨਾਂ ਦੇ? ਤੁਰਦੇ ਆ ਕਿ ਨਹੀਂ? ਇਹ ਪੂਰੇ ਵਧੀਆ, ਇਹ ਨਹੀਂ ਤੁਰਦੇ ਬਾਈ। ਦੇਖੋ ਚਿੱਟੀ ਅੱਖ ਆ ਇਹਦੀ, ਖਾਸ ਕਰ ਦੇਖਣ ਵਾਲੀ ਗੱਲ ਹੁੰਦੀ ਆ ਬਾਈ। ਕਹਿੰਦੇ ਅੱਖਾਂ 'ਚ ਕੀ ਦੇਖਦੇ ਆ, ਅੱਖਾਂ ਜਿਹੜੀਆਂ ਚਮਕ ਦੇਖੋ ਵੱਖਰੀ ਦੱਸਣ ਦੀਆਂ ਆ, ਠੰਡੀ ਅੱਖ ਆ ਇਹ। ਹਸਨਪੁਰਾ ਪਿੰਡ ਆ, ਫਿਰ ਤੁਹਾਨੂੰ ਦੱਸ ਦਈਏ ਲੁਧਿਆਣੇ ਤੋਂ ਫਿਰੋਜ਼ਪੁਰ ਰੋਡ 'ਤੇ, ਲੁਧਿਆਣੇ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ 'ਤੇ ਹੀ ਹੈ ਜੀ ਇਹ। ਪਰਿੰਦੇ ਬਹੁਤ ਬਹੁਤ ਸੋਹਣੇ ਆ ਵੀਰ ਹੁਣਾਂ ਦੇ, ਮੈਂ ਕਿਹਾ ਸ਼ੌਂਕ ਕਰਾਉਂਦੇ ਵੀਰਾਂ ਦੇ ਨਾਲ ਆਪਾਂ ਸਾਂਝਾ ਕਰਦੇ ਹਾਂ ਜੀ। ਇੱਕ ਇੱਕ ਪਰਿੰਦਾ ਜਿਹੜਾ ਹੈਗਾ ਦੇਖਣ ਵਾਲਾ ਹੈ ਜੀ। ਬਈ ਆਹ ਕਬੂਤਰ ਫੜ ਕੇ ਦਿਖਾਇਓ, ਕਾਲਾ ਚੀਨਾ ਜਿਹੜਾ, ਇਹ ਵੀ ਘਰ ਦਾ ਹੀ ਹੈ ਨਾ? ਦੋ ਨੰਬਰ? ਹਾਂਜੀ ਦੋ ਨੰਬਰ ਵਾਲਾ ਜੀ, ਵੱਡਾ। ਹੈਲੋ ਜੀ ਬਾਈ, ਹੁਣਾਂ ਨੇ ਕਬੂਤਰ ਫੜਿਆ, ਇਹ ਨਾ ਕਬੂਤਰ ਵੱਖਰਾ ਹੀ ਆ, ਕਾਲਸਰਾ ਕਬੂਤਰ ਆ, ਖਟੀਆਂ ਅੱਖਾਂ ਦਾ, ਕਾਫੀ ਉਮਰ ਹੋ ਗਈ ਲੱਗਦੀ ਹੈ ਜੀ ਕਬੂਤਰ ਦੀ। ਇਹ ਵੀ ਘਰ ਦਾ ਪੱਠਾ ਹੀ ਆ, ਕਿੰਨੀ ਉਮਰ ਹੋ ਗਈ ਬਾਈ ਇਹਦੀ? ਸਹੀ ਹੈ ਸਹੀ ਆ, 10 ਸਾਲ ਉਮਰ ਹੋ ਚੁੱਕੀ ਆ। ਕਬੂਤਰ ਬਾਈ ਤੁਹਾਡੇ ਕੋਲ ਗਿਣਤੀ ਦੇਣੀ, ਇਹੀ ਤੁਸੀਂ ਬਾਜ਼ੀਆਂ ਛੱਡ ਦਿਓ ਹੈ? ਸਹੀ ਹੈ ਸਹੀ ਆ ਬਾਈ, ਉਹਨਾਂ ਨੂੰ ਜੀ ਜਿਵੇਂ ਟਾਈਮ ਦੱਸਦੇ ਨੇ ਕਾਫੀ ਰੱਖਿਆ ਨੂੰ ਹੋ ਗਿਆ, ਪਰ ਕਬੂਤਰਾਂ ਦੀ ਗਿਣਤੀ ਨਹੀਂ ਵਧਾਈ। ਇਹਨਾਂ ਦਾ ਰਿਜ਼ਲਟ ਲੈ ਕੇ ਕਹਿੰਦੇ ਇਹਨਾਂ ਤੋਂ ਹੀ ਜਿਹੜਾ ਹੈਗਾ ਆਪਾਂ ਬਾਜ਼ੀਆਂ ਛੱਡਦੇ ਹਾਂ, ਜ਼ਿਆਦਾ ਕਬੂਤਰ ਇਕੱਠੇ ਨਹੀਂ ਕਰਦੇ। ਇਹ ਨਰ ਨੇ ਜੀ ਜਿਹਨਾਂ ਦਾ ਤੁਸੀਂ ਸ਼ੌਂਕ ਕਰ ਰਹੇ ਹੋ, ਦੂਸਰੇ ਖੁੱਡੇ ਦੇ ਵਿੱਚ ਜੋੜੀਆਂ ਨੇ, ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ ਜੀ। ਇਹ ਇੱਕ ਖੁੱਡਾ ਆ, ਫਿਰ ਦੱਸ ਦਈਏ ਅਤੇ ਗੱਗੂ ਵੀਰ ਇਹਨੂੰ ਸਾਂਭਦੇ ਨੇ, ਪੂਰਾ ਜਿਹੜਾ ਹੈਗਾ ਆ ਕੇਅਰ ਇਹਨਾਂ ਦੀ ਕੀਤੀ ਹੋਈ ਕਬੂਤਰਾਂ ਦੀ, ਇਹਨਾਂ ਦੇ ਵਜੂਦ ਤੰਦਰੁਸਤੀ
ਤੇ ਇਹਨਾਂ ਦੀ ਕਲੈਵਰਨੈਸ ਚਲਾਕਪਣ ਜਿਹੜਾ ਦੱਸਦਾ ਕਿ ਕਬੂਤਰ ਜਿਹੜੇ ਹੈਗੇ ਨੇ ਵਧੀਆ ਨੇ। ਇਹ ਇੱਕ ਖੁੱਡਾ ਬਾਈ ਜੀ ਤੇ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ। ਇਹ ਹੈ ਜੀ ਦੂਸਰਾ ਖੁੱਡਾ, ਇਹਦੇ ਵਿੱਚ ਜੋੜੀਆਂ ਲਾਈਆਂ ਹੋਈਆਂ ਨੇ, ਵਿੱਚ ਨੈੱਟ ਲਗਾਇਆ ਹੋਇਆ, ਥੋੜ੍ਹੀ ਜਿਹੀ ਪਾਰਟੀਸ਼ਨ ਕੀਤੀ ਹੋਈ ਆ ਇੱਕ ਕਮਰੇ ਦੇ ਵਿੱਚ। ਉਹ ਕਮਰਾ ਕਾਫੀ ਵੱਡਾ ਆ, ਹਾਈਟ 'ਤੇ ਆ, ਅਤੇ ਇਹ ਇਹਦੇ ਵਿੱਚ ਜੋੜੀਆਂ, ਇਹ ਬੱਚੇ ਦੋ ਨੇ ਅਤੇ ਇੱਕ ਛੋਟਾ ਜਿਹਾ ਬੱਚਾ ਕੱਢ ਦਿੱਤਾ ਜੀ। ਕਰੋ ਸ਼ੌਂਕ, ਮੇਰੇ ਖਿਆਲ ਨਾਲ ਦੋ ਤਿੰਨ ਦਿਨ ਦਾ ਹੀ ਲੱਗਦਾ ਹਜੇ, ਬਿਲਕੁਲ ਛੋਟਾ ਜਿਹਾ ਜੀ। ਇਹ ਦੇਖੋ ਜੀ ਰੰਗ ਲਾਏ ਹੋਏ ਨੇ ਇਹਨਾਂ ਕਬੂਤਰਾਂ ਨੂੰ, ਜੋੜਿਆਂ ਦੀ ਜਿਹੜੀ ਇੱਕੋ ਜਿਹੇ ਰੰਗ ਲਾ ਕੇ ਵੱਖਰੀ ਵੱਖਰੀ ਪਹਿਚਾਣ ਬਣਾਈ ਹੋਈ ਆ। ਜੇ ਕਬੂਤਰੀ ਦੇ ਵੀ ਗਲ 'ਤੇ ਲਾਲ ਅਤੇ ਕਬੂਤਰ ਦੇ ਗਲ 'ਤੇ ਵੀ ਲਾਲ ਆ, ਇਵੇਂ ਅਲੱਗ ਅਲੱਗ ਰੰਗ ਜਿਹੜੇ ਲਾ ਕੇ ਬਣਾਏ ਹੋਏ ਨੇ ਜੀ। ਜੋੜੇ ਦੀ ਪਹਿਚਾਣ ਕਰਨੀ ਜਿਹੜੀ ਉਹ ਸੌਖੀ ਆਸਾਨ ਹੋ ਜਾਂਦੀ ਆ। ਲਓ ਜੀ ਇੱਕ ਇਹ ਬੈਠਾ ਆ ਇੱਥੇ, ਇੰਨੇ ਅੰਡੇ ਰੱਖੇ ਹੋਏ ਨੇ ਜੀ। ਇਹਨਾਂ ਦਾ ਵੀ ਸ਼ੌਂਕ ਕਰਾਉਂਦੇ ਹਾਂ ਜੀ, ਕੁਝ ਇਸ ਸਾਈਡ ਵੀ ਨੇ। ਆਹ ਤੁਹਾਨੂੰ ਅੱਜ ਇੱਕ ਪਿਓਰ ਮੀਰਾਬ ਕਬੂਤਰ ਦਿਖਾਉਂਦੇ ਹਾਂ ਬਾਈ, ਅਸਲ ਮੀਰਾਬ ਆ, ਪੁਰਾਣਾ ਕਬੂਤਰ ਆ, ਕਾਫੀ ਉਮਰ ਹੋ ਗਈ ਇਸ ਕਬੂਤਰ ਦੀ, ਸ਼ਾਖਾ ਕਬੂਤਰ ਆ ਜੀ। ਐ ਬੈਠਾ ਆ ਬਾਈ ਜੀ ਔਰ ਬੱਚੇ ਹਲੇ ਤੱਕ ਕੱਢਦਾ ਆ ਜੀ। ਇਹੋ ਜਿਹੇ ਕਬੂਤਰ ਬਾਈ ਜੀ ਆਪਾਂ ਬਹੁਤ ਘੱਟ ਦੇਖੇ ਨੇ, ਬਹੁਤ ਪੁਰਾਣਾ ਕਬੂਤਰ ਆ ਬਾਈ ਜੀ। ਫੜ ਕੇ ਲਿਆਓ ਕਬੂਤਰ ਨੂੰ, ਇਹਨੂੰ ਤੁਹਾਨੂੰ ਦਿਖਾਉਂਦੇ ਹਾਂ ਬਾਈ ਨੇੜੇ ਤੋਂ। ਕਬੂਤਰ ਉਮਰ ਕਾਫੀ ਹੋ ਗਈ ਕਬੂਤਰ ਦੀ, ਪਰ ਬੱਚੇ ਹਲੇ ਵੀ ਬਣਾ ਰਿਹਾ ਆ, ਨਸਲੋਂ ਚੰਗਾ ਕਬੂਤਰ ਜੀ। ਇਹ ਦੇਖੋ ਕਾਫੀ ਉਮਰ ਹੋ ਗਈ ਆ ਇਹਦੇ। ਇਹ ਥੱਲੇ ਇਹਦੇ ਕੀ ਹੋਇਆ ਜੀ, ਮਾਸ ਵਧਿਆ ਹੋਇਆ? ਇਹ ਦਾੜੀ ਆ ਜਾਂਦੀ ਬਈ। ਅੱਛਾ, ਹਾਂ ਦਾੜੀ ਕਹਿ ਜਾਂਦੇ। ਠੀਕ ਆ ਠੀਕ ਆ ਜੀ, ਤੇ ਬੱਚੇ ਪੂਰੇ ਵਧੀਆ ਕੱਢਦਾ ਹਲੇ? ਹਾਂਜੀ ਹਾਂਜੀ ਵਧੀਆ। ਬਹੁਤ ਹੀ ਚੰਗੀ ਨਸਲ ਦਾ ਕਬੂਤਰ ਆ ਬਾਈ ਜੀ। ਇਹਨਾਂ ਦੀਆਂ ਨੋਕਾਂ ਨਾ ਨਿੱਕੀਆਂ ਜੀਆਂ ਹੁੰਦੀਆਂ ਆ ਬਾਈ, ਵਜੂਦ ਇਹਨਾਂ ਦੇ ਛੋਟੇ ਛੋਟੇ ਨੇ, ਲੰਬੇ ਉੱਦਾਂ ਨੇ, ਮਤਲਬ ਉੱਚੇ ਘੱਟ ਹੁੰਦੇ ਨੇ ਜੀ। ਇਹ ਬਹੁਤ ਵਧੀਆ, ਛੱਡ ਦਿਓ ਵੀਰ ਜੀ। ਆ ਲਓ ਜੀ ਇੱਕ ਇਹ ਦੇਖੋ, ਲਾਲ ਚੀਨੀਆਂ ਅੰਡੇ ਇੰਨੇ ਵੀ ਰੱਖੇ ਹੋਏ, ਨਰ ਹੈ ਲਾਲ ਚੀਨਾ। ਕਰੋ ਸ਼ੌਂਕ, ਇਹ ਲਓ ਜੀ ਇੱਕ ਗਰਦੇ ਵਾਲੀ ਇਹ ਬੈਠੀ ਆ, ਦੇਖੋ ਕਬੂਤਰੀਆਂ ਪਾਲੀਆਂ ਸੁਨੱਖੀਆਂ, ਸੋਹਣੀਆਂ ਕਬੂਤਰੀਆਂ ਨੇ ਜੀ ਇਹ। ਇਹ ਲਾਲ ਚੀਨੀਆਂ ਦਾ ਜੋੜਾ ਇੱਕ। ਹਾਂ ਬਾਈ ਇੱਕ ਦੇ ਪਰ ਨੂੰ ਕੀ ਹੋਇਆ ਇਹਦੇ ਕਬੂਤਰੀ ਦੇ? ਪੱਲਾ ਖੜ ਗਿਆ ਜੀ। ਪੱਲਾ ਖੜ ਗਿਆ, ਆਂਡੇ ਬੱਚੇ ਕੱਢਦੀ ਹੈ? ਹਾਂਜੀ ਆਂਡੇ ਕੱਢ ਰੱਖਦੇ ਬੱਚੇ ਲਾਓ ਜੀ। ਕਰੋ ਸ਼ੌਂਕ ਇਹਨਾਂ ਕਬੂਤਰਾਂ ਦਾ, ਫਿਰ ਦੱਸ ਦਈਏ ਤੁਹਾਨੂੰ। ਹਸਨਪੁਰਾ ਪਿੰਡ ਹੈ ਲੁਧਿਆਣੇ ਤੋਂ, ਫਿਰੋਜ਼ਪੁਰ ਰੋਡ 'ਤੇ, ਲੁਧਿਆਣੇ ਤੋਂ 5-6 ਕਿਲੋਮੀਟਰ ਦੀ ਦੂਰੀ 'ਤੇ ਬਾਈ ਹੁਣੀ ਕਰਦੇ ਨੇ ਸ਼ੌਂਕ ਕਬੂਤਰਾਂ ਦਾ। ਬਹੁਤ ਵਧੀਆ ਵਧੀਆ ਪਰਿੰਦੇ ਬਾਈ ਜੀ, ਕੁਝ ਕਬੂਤਰ ਬਾਹਰ ਬਾਈ ਉਹਨਾਂ ਨੇ ਜਾਲੀ ਵਿੱਚ ਵੀ ਛੱਡੇ ਨੇ, ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ। ਇਸ ਕਬੂਤਰੀ ਨੇ ਛੋਟਾ ਜਿਹਾ ਬੱਚਾ ਕੱਢਿਆ ਹੋਇਆ ਜੀ, ਜਿਹੜਾ ਇੱਥੇ ਪਿਆ ਹੈ, ਸ਼ਾਹ ਆਖੀ ਇਹ ਕਬੂਤਰੀ ਹੈ ਜੀ। ਇਹ ਲਓ ਜੀ ਇੱਕ ਜੋੜ ਇਹਦੇ ਵਿੱਚ ਵੀ ਲਾਇਆ ਹੋਇਆ ਬਾਈ ਉਹਨਾਂ ਨੇ, ਇਹਦਾ ਵੀ ਤੁਹਾਨੂੰ ਸ਼ੌਂਕ ਕਰਾ ਦਿੰਦੇ ਹਾਂ ਜੀ। ਇਹ ਸ਼ਾਹ ਆਖੀ ਕਬੂਤਰੀ ਹੈ ਜੀ, ਅਤੇ ਇਹ ਖੱਟੀਆਂ ਦਾ ਕਬੂਤਰ ਆ ਬਾਈ ਜੀ। ਵਧੀਆ ਜੋੜ ਹੈ ਜੀ, ਆ ਲਾ ਦਿਓ ਉੱਤੇ। ਅਤੇ ਕੁਝ ਪਰਿੰਦੇ ਜਿਹੜੇ ਹੈਗੇ ਆ ਜਾਲੀ ਦੇ ਵਿੱਚ ਵੀ ਬਾਈ ਹੁਣਾਂ ਨੇ ਛੱਡੇ ਨੇ। ਹੈ ਕਰੋ ਸ਼ੌਂਕ। ਬਾਹਰਲੇ ਵੀਰਾਂ ਨੂੰ ਬਾਹਲਾ ਜ਼ਿਆਦਾ ਸ਼ੌਂਕ ਆ ਬਈ ਕਬੂਤਰਾਂ ਦਾ, ਵੱਡੀ ਸਪੋਰਟ ਹੈ ਨਾਰੇ ਭਰਾਵਾਂ ਦੀ।
ਜਿਨ੍ਹਾਂ ਦੇ ਕਰਕੇ ਜਿਹੜਾ ਇੰਨਾ ਵੱਡਾ ਸ਼ੌਂਕ ਜਿਹੜਾ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਆ। ਬਾਕੀ ਬਾਈ ਜੀ ਸ਼ੌਂਕ ਕਿੱਦਾਂ ਦਾ ਲੱਗਾ ਜ਼ਰੂਰ ਦੱਸਣਾ, ਅਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਇਹਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ, ਅਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ। ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ, ਤਦ ਤੱਕ ਲਈ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਜੀ।